ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਦੇਸ਼ ਦੇ ਤੇ ਸੂਬਿਆਂ ਦੇ ਵਿੱਚ ਪ੍ਰਾਲੀ ਸਾਰਨ ਦੇਸ਼ੇ 82 ਮਾਮਲੇ ਦਰਜ ਪੰਜਾਬ ਤੇ 456 ਮਾਮਲੇ ਵੱਡੀ ਖਬਰ ਆ ਚੁੱਕਿਆ ਖਬਰ ਨਿਸ਼ਚਿਤ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਦ ਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਸ ਸਾਲ 15 ਸਪਟੰਬਰ ਤੋਂ 2 ਅਕਤੂਬਰ ਤੱਕ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਵਿੱਚ ਪਰਾਣੀ ਸਾਰੰਦੀਆਂ 682 ਕਟ ਨਾਵਾ ਸਾਹਮਣੇ ਆਇਆ ਨੇ ਇਹ ਅੰਕੜਾ 2021 ਤੇ 2022 ਲਈ 633 ਸੰਯੁਕਤ ਤੰਕੜੇ ਤੋਂ ਵਾਧ ਹੈ ਜੀ ਹਾਂ ਕੰਸਟਰੋਲਰ ਫਾਰ ਰਿਸਰਚ ਐਂਡ ਐਗਰੀਕਲਚਰਸ ਮੋਨਿਟਰਿੰਗ ਐਂਡ ਮੋਲਡਿੰਗ ਫ্রম ਸਪੇਸ ਅਨੁਸਾਰ ਉੱਤਰੀ ਭਾਰਤ ਉੱਤਰੀ ਪੱਛਮੀ ਮੌਨਸੂਨ ਦੀ ਵਾਪਸੀ ਅਤੇ ਸਮੇਂ ਤੋਂ ਪਹਿਲਾਂ ਫਸਲ ਦੀ ਕਟਾਈ ਕਾਰਨ ਛੇ ਸੁਬਿਆਂ ਦੇ ਵਿੱਚ ਪ੍ਰਾਲੀ ਸੜਨ ਦੀਆਂ ਘਟਨਾਵਾਂ ਦੇ ਵਿੱਚ ਜਵਾਬਦਾ ਹੋਇਆ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪ੍ਰਦੂਸ਼ਣ ਦੇ ਕੰਟਰੋਲ ਕਰਨ ਲਈ ਐਕਸ਼ਨ ਪਲਾਨ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਭਰੋਸਾ ਦਿੱਤਾ ਕਿ ਸੀ ਕਿ ਉਹ 2022 ਦੇ ਵਿੱਚ ਮੁਕਾਬਲੇ ਇਸ ਤਲਪ੍ਰਾਈਜ਼ ਸੜਨ ਦੀਆਂ ਘਟਨਾਵਾਂ ਦੇ ਵਿੱਚ ਪੰਜਾਬ ਸਿੱਧੀ ਕੰਮ ਲਿਆਵੇਗੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਦਬਾ